ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਜਲੰਧਰ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਤੰਦਰੁਸਤ ਰੱਖਣ ਵਾਸਤੇ ਉਹਨਾਂ ਕੋਲੋਂ ਯੋਗ ਕਰਵਾ ਰਹੀ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਾ ਤੇ ਡੀਸੀ ਵਰਿੰਦਰ ਕੁਮਾਰ ਖੁਦ ਯੋਗ ਕਰ ਰਹੇ ਨੇ। ਜੇਕਰ ਜਲੰਧਰ ਦੇ ਪੁਲਿਸ ਕਮਿਸ਼ਨਰ ਦੀ ਮੰਨੀਏ ਤਾਂ ਉਹਨਾਂ ਦੇ ਕਰੀਬ 1400 ਪੁਲਿਸ ਮੁਲਾਜ਼ਮ ਬਿਮਾਰੀਆਂ ਦੇ ਰਿਸਕ ਤੇ ਪਾਏ ਗਏ ਨੇ। ਇਸ ਰਿਪੋਰਟ ਤੋਂ ਬਾਅਦ ਪੁਲਿਸ ਨੇ ਇੱਕ ਪੰਫਲੇਟ ਬਣਾ ਕੇ 6 ਦਿਨਾਂ ਦਾ ਯੋਗ ਟ੍ਰੇਨਿੰਗ ਕੈਂਪ ਲਾਇਆ, ਜਿਸ ਵਿੱਚ ਉਹਨਾਂ ਸਾਰੇ ਮੁਲਾਜ਼ਮਾਂ ਨੂੰ ਬੁਲਾਇਆ ਗਿਆ ਜਿਹੜੇ ਹਾਈ ਰਿਸਕ ਤੇ ਨੇ, ਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਯੋਗ ਕੀਤਾ ਜਾਵੇ। ਤੁਸੀਂ ਆਪ ਹੀ ਦੇਖੋ ਕਿਵੇਂ ਯੋਗ ਕਰ ਰਹੀ ਹੈ ਜਲੰਧਰ ਪੁਲਿਸ, ਤੇ ਨਾਲ ਹੀ ਸੁਣੋ ਕੀ ਕਹਿ ਰਹੇ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਾ। ਬਹੁਤ ਅੱਛੀ ਸਭ ਦੇ ਬਹੁਤ ਵੱਡੀ ਪ੍ਰਯਾਸ ਹੈ। ਨੀਚੇ ਵਾਲੀ ਹਥੇਲੀ ਥੋੜੀ ਹੋਰ ਨੀਚੇ ਲੈ ਲਓ, ਥੋੜੀ ਜਿਹੀ ਹੋਰ ਨੀਚੇ, ਥੱਲੇ ਵਾਲੀ ਬਾਂਹ ਉਹਦੀ ਹਥੇਲੀ ਨੀਚੇ ਥੱਲੇ ਨੂੰ ਖਿੱਚੋ, ਖਿੱਚੋ ਦੋਨੋਂ ਬਾਂਹ, ਇਸੇ ਤਰ੍ਹਾਂ ਸਰੀਰ ਖਿੱਚ ਕੇ ਬਾਂਹ। ਯੋਗ ਦੇ ਪ੍ਰੇਮੀਆਂ ਨੂੰ, ਸਾਰੇ ਯੋਗਿਆਰਥੀ ਨੂੰ ਮੇਰਾ ਬਹੁਤ ਬਹੁਤ ਮੇਰੇ ਵੱਲੋਂ ਨਮਨ ਨਮਸਕਾਰ ਔਰ ਸਾਰੇ ਨੂੰ ਹਾਰਦਿਕ ਵਧਾਈਆਂ। ਜਿੱਥੇ ਤੱਕ ਪੁਲਿਸ ਦਾ ਸਵਾਲ ਹੈ, ਜਿਹੜਾ ਸਾਡਾ ਔਰਗਨਾਈਜੇਸ਼ਨਲ ਹੈਲਥ ਹੈ ਉਹ ਬਹੁਤ ਜ਼ਰੂਰੀ ਹੈ ਸਾਡੇ ਪਰਫੋਰਮੈਂਸ ਲਈ। ਸਾਡਾ ਇੱਕ ਹਿਊਮਨ ਰਿਸੋਰਸ ਬੇਸਡ ਔਰਗਨਾਈਜੇਸ਼ਨ ਹੈ ਔਰ ਇਸ ਔਰਗਨਾਈਜੇਸ਼ਨ ਦੇ ਵਿੱਚ ਅਗਰ ਹੈਲਥ ਠੀਕ ਨਹੀਂ ਹੋਏਗਾ ਤਾਂ ਇਹ ਔਰਗਨਾਈਜੇਸ਼ਨ ਪਰਫਾਰਮ ਨਹੀਂ ਕਰ ਸਕੇਗੀ। ਦੁੱਖ ਦੀ ਗੱਲ ਹੈ ਕਿ ਸਾਡਾ ਔਰਗਨਾਈਜੇਸ਼ਨਲ ਹੈਲਥ ਦਾ ਹਾਲਤ ਬਹੁਤ ਅੱਛਾ ਨਹੀਂ ਹੈ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੀਬ 1400 ਸਾਡੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਆਪਾਂ ਆਈਡੈਂਟੀਫਾਈ ਕੀਤਾ ਹੈ ਜਿਨ੍ਹਾਂ ਰਿਸਕ ਜ਼ੋਨ 'ਚ ਹੈਗੇ ਨੇ, ਇਨ ਸਾਰੇ ਇੰਪਲੋਇਜ਼ ਨੂੰ ਆਪਾਂ 6-6 ਦਿਨ ਦੀ ਟ੍ਰੇਨਿੰਗ ਦਿਲਵਾਈ ਹੈ ਭਾਰਤੀ ਯੋਗ ਸੰਸਥਾਨ ਦੇ ਮਦਦ ਨਾਲ, ਔਰ ਇਹਨਾਂ ਨੂੰ ਇੱਕ ਪੈਂਫਲੇਟ ਇਸ਼ੂ ਕੀਤਾ ਗਿਆ ਹੈ। ਉਸ ਪੈਂਫਲੇਟ ਦੇ ਵਿੱਚ ਐਕਸਰਸਾਈਜ਼ ਲਿਖੇ ਹੋਏ ਨੇ ਤਾਂ ਕਿ ਜਿੱਥੇ ਵੀ ਇਹ ਹੋਣ ਦਿਨ ਦੇ ਵਿੱਚ 1 ਘੰਟੇ ਲਈ ਇਹ ਐਕਸਰਸਾਈਜ਼ ਕਰ ਸਕਣ।